ਤਰਨਤਾਰਨ ਦੇ CIA ਸਟਾਫ ਪੁਲਿਸ ਮੁਖੀ ਇੰਸਪੈਕਟਰ ਹਰਦੀਪ ਸਿੰਘ ਨੂੰ ਕੱਲ ਸ਼ਾਮ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਠਰੂ ਕੋਲ ਖੰਡਰਾਂ ਵਿੱਚ ਕੁਝ ਵਿਅਕਤੀ ਛੁਪੇ ਬੈਠੇ ਨੇ ਜੋ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਨੇ। ਜਿਸ ਦੇ ਆਧਾਰ ਤੇ ਹਰਦੀਪ ਸਿੰਘ ਨੇ ਵੱਖ-ਵੱਖ ਪੁਲਿਸ ਪਾਰਟੀਆਂ ਟੀਮਾਂ ਬਣਾ ਕੇ ਨਾਕੇਬੰਦੀ ਕਰਕੇ 6 ਮੈਂਬਰਾਂ ਨੂੰ ਕਾਬੂ ਕਰਨ ਵਿੱਚ ਭਾਰੀ ਸਫਲਤਾ ਹਾਸਲ ਕੀਤੀ ਹੈ। ਉਹਨਾਂ ਦੇ ਕੋਲੋਂ 3 ਐਕਟਿਵਾ, 1 ਪਿਸਟਲ, 3 ਰੌਂਦ, 1 ਟੋਕਾ, 1 ਦਾਤਰ, 2 ਤਲਵਾਰਾਂ ਬਰਾਮਦ ਕੀਤੀਆਂ ਗਈਆਂ ਨੇ। ਇਹਨਾਂ ਖਿਲਾਫ ਥਾਣਾ ਸਿਟੀ ਵਿੱਚ ਮਾਮਲਾ ਦਰਜ ਕੀਤਾ ਗਿਆ ਅਤੇ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ। ਇਹਨਾਂ ਕੋਲੋਂ ਹੋਰ ਵੀ ਚੋਰੀ ਦਾ ਸਮਾਨ ਬਰਾਮਦ ਹੋਣ ਦਾ ਖਦਸ਼ਾ ਪ੍ਰਗਟਾਇਆ ਗਿਆ। ਇਹਨਾਂ ਦੀ ਪਹਿਚਾਣ ਗੌਰਵ, ਸੰਦੀਪ, ਕੁਲਵੰਤ ਸਿੰਘ, ਸੰਦੀਪ ਉਰਪ ਬੱਬੂ, ਰਾਜਦੀਪ ਸਿੰਘ, ਬਹਾਦਰ ਸਿੰਘ ਦੇ ਨਾਮ ਤੇ ਹੋਈ ਹੈ। ਇਹਨਾਂ ਉੱਪਰ ਪਰਚਾ ਨੰਬਰ 200 ਦੇ ਅਧੀਨ ਧਾਰਾ 399, 402, 379, 411 IPC ਐਕਟ ਅਸਲਾ 25, 54, 58 ਦਰਜ ਕੀਤਾ ਗਿਆ। ਦੂਜੇ ਪਾਸੇ ਲੁੱਟਾਂ ਖੋਹਾਂ ਕਰਨ ਦਾ ਮੁਖੀ ਗੌਰਵ ਵਾਸੀ ਅੰਮ੍ਰਿਤਸਰ ਨੇ ਦੱਸਿਆ ਕਿ ਉਹ ਰੇਲ ਗੱਡੀ ਵਿੱਚ ਰਾਤ ਸਮੇਂ ਸੁੱਤੇ ਮੁਸਾਫਰਾਂ ਤੋਂ ਚੋਰੀ ਕਰਦਾ ਸੀ ਅਤੇ ਆਉਂਦੇ ਜਾਂਦੇ ਲੋਕਾਂ ਨੂੰ ਲੁੱਟ ਖੋਹ ਦਾ ਸ਼ਿਕਾਰ ਬਣਾਉਂਦੇ ਸਨ। ਸਾਡੇ ਤਰਨ ਤਾਰਨ ਦੇ ਇੰਸਪੈਕਟਰ CIA ਹਰਦੀਪ ਸਿੰਘ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕੁਛ ਬੰਦੇ ਜਿਹੜੇ ਆ ਆਪਣਾ ਪਿੰਡ ਠਰੂ ਦੇ ਲਾਗੇ ਇਕੱਠੇ ਹੋ ਕੇ ਕੋਈ ਵੱਡੀ ਵਾਰਦਾਤ ਕਰਨ ਜਾ ਰਹੇ ਆ। ਉੱਥੇ ਇਹਨਾਂ ਨੇ ਜਿਹੜਾ ਆਪਣਾ ਪੁਲਿਸ ਪਾਰਟੀ ਲੈ ਕੇ ਨਾਕਾ ਲਾਇਆ। ਨਾਕੇ ਦੇ ਦੌਰਾਨ ਜਿਹੜਾ ਇਹ 6 ਬੰਦੇ ਜਿਹੜੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਥਾਣਾ ਸਿਟੀ ਤਰਨ ਤਾਰਨ ਮੁਕਦਮਾ ਨੰਬਰ 200 ਦਰਜ ਰਜਿਸਟਰ ਕਰਕੇ ਤਫਤੀਸ਼ ਕੀਤੀ ਜਾ ਰਹੀ। ਇਹਨਾਂ ਦਾ ਪੁਲਿਸ ਬੰਡ ਹਾਸਲ ਕੀਤਾ। ਇਹਨਾਂ ਕੋਲੋਂ ਕਾਫੀ ਮਾਰੂ ਹਥਿਆਰ ਜਿਹੜੇ ਆ ਉਹ ਬਰਾਮਦ ਕੀਤੇ ਆ। 1 ਪਿਸਤੌਲ, ਕੁਛ ਰੌਂਦ, ਦਾਤਰ, ਕਿਰਪਾਨਾਂ ਅਤੇ ਹੋਰ ਇਹਨਾਂ ਦੇ ਮਾਰੂ ਹਥਿਆਰ ਜਿਹੜੇ ਆ ਇਹਨਾਂ ਦੇ ਕੋਲੋਂ ਬਰਾਮਦ ਕੀਤੇ ਆ। 3 ਜਿਹੜੀਆਂ ਐਕਟਵਾ ਨੇ ਉਹ ਵੀ ਇਹਨਾਂ ਕੋਲੋਂ ਚੋਰੀ ਦੀਆਂ ਬਰਾਮਦ ਕੀਤੀਆਂ ਗਈਆਂ ਨੇ। ਅੱਗੇ ਤਫਤੀਸ਼ ਜਾਰੀ ਹੈ। ਆਸ ਆ ਵੀ ਇਹਨਾਂ ਤੋਂ ਕੋਈ ਹੋਰ ਵੀ ਜਿਹੜੇ ਇਹਨਾਂ ਨੇ ਵਾਰਦਾਤਾਂ ਕੀਤੀਆਂ ਉਹ ਮਿਲਣ ਦੀ ਆਸ ਆ। ਤਰਨ ਤਾਰਨ ਤੋਂ ਵਿਜੇ ਅਰੋੜਾ ਦੀ ਰਿਪੋਰਟ, ਜਗਤ ਸੇਵਕ, ਵੈਬ TV। Audio Jungle.